ਕਰਦੇ ਆ ਕਰਦੇ ਆ ਆਜਾ ਤੂੰ ਵੀ ਵਰਦੀ ਲਾ ਦੇ ਮੈਂ ਵੀ ਲਾ ਦਿੰਦਾ ਹਾਂ। ਅੰਮ੍ਰਿਤਸਰ 'ਚ ਵਕੀਲ ਅਤੇ ਪੁਲਿਸ ਮੁਲਾਜ਼ਮ ਹੋਏ ਆਮੋ ਸਾਹਮਣੇ, ਦੋਹਾਂ ਵਿਚਾਲੇ ਹੋਈ ਤਿੱਖੀ ਬਹਿਸ। ਇਹ ਤਸਵੀਰਾਂ ਅੰਮ੍ਰਿਤਸਰ ਦੇ ਦਬੁਰਜੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਵਕੀਲ ਅਤੇ ਪੁਲਿਸ ਮੁਲਾਜ਼ਮਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ ਹੈ। ਬਹਿਸ ਇਸ ਹੱਦ ਤੱਕ ਵੱਧ ਗਈ ਸੀ ਕਿ ਵਕੀਲਾਂ ਨੇ ਸੜਕ 'ਤੇ ਧਰਨਾ ਦੇ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ। ਹਾਲਾਂਕਿ ਵਕੀਲ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਆ ਰਿਹਾ ਸੀ ਅਤੇ ਰਾਹ 'ਚ ਗੋਲਡਨ ਗੇਟ ਦੇ ਨੇੜੇ ਲੰਬਾ ਜਾਮ ਲੱਗਿਆ ਹੋਇਆ ਸੀ ਅਤੇ ਕਈ ਗੱਡੀਆਂ ਰੋਂਗ ਸਾਈਡ ਤੋਂ ਜਾ ਰਹੀਆਂ ਸਨ ਅਤੇ ਵਕੀਲ ਨੇ ਵੀ ਉਸੇ ਰਾਹ ਨੂੰ ਗੱਡੀ ਪਾ ਲਈ ਅਤੇ ਅੱਗੇ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ। ਵਕੀਲ ਦਾ ਕਹਿਣਾ ਕਿ ਪੁਲਿਸ ਮੁਲਾਜ਼ਮਾਂ ਨੇ ਮੇਰੇ ਤੋਂ ਗੱਡੀ ਦੇ ਕਾਗਜ਼ ਮੰਗੇ ਅਤੇ ਮੇਰੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਮਾਹੌਲ ਭੱਖ ਗਿਆ ਅਤੇ ਦੋਹਾਂ ਦੇ ਵਿਚਾਲੇ ਜੰਮ ਕੇ ਬਹਿਸ ਹੋਈ ਅਤੇ ਮੌਕੇ 'ਤੇ ਹੋਰ ਵਕੀਲ ਵੀ ਉਸ ਥਾਂ 'ਤੇ ਪਹੁੰਚ ਗਏ ਅਤੇ ਧਰਨੇ ਤੋਂ ਬਾਅਦ ਸੜਕ ਪੂਰੀ ਤਰ੍ਹਾਂ ਜਾਮ ਹੋ ਗਈ। ਵਕੀਲ ਦਾ ਕਹਿਣਾ ਸੀ ਕਿ ਜੇ ਪੁਲਿਸ ਵਕੀਲ ਦੇ ਨਾਲ ਅਜਿਹਾ ਵਰਤਾਓ ਕਰ ਰਹੀ ਹੈ ਤਾਂ ਆਮ ਲੋਕਾਂ ਨਾਲ ਕਿਵੇਂ ਵਰਤਾਓ ਕਰਦੇ ਹੋਣਗੇ ਅਤੇ ਮੈਂ ਸੰਬੰਧਿਤ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਮੰਗ ਕਰਦਾ ਹਾਂ। ਕਾਰਵਾਈ ਨਹੀਂ ਹੁੰਦੀ ਗੀ।